ਜਿਹੜੀ ਥੋੜੀ ਬਾਡੀ ਫਿਟਨੈਸ ਆ ਅੱਜ ਦੇ ਟਾਈਮ ਦੇ ਵਿੱਚ ਪੈਸਾ ਕਮਾਉਣ ਦਾ ਬਹੁਤ ਇੱਕ ਵਧੀਆ ਇਹ ਜਰੀਆ ਬਣਿਆ ਹੋਇਆ ਜੇ ਤੁਸੀਂ ਦਿਮਾਗ ਨਾਲ ਇਹਨੂੰ ਚੀਜ਼ ਨੂੰ ਯੂਜ਼ ਕਰਦੇ ਹੋ ਜਿੰਨੀਆਂ ਵੀ ਟੌਪ ਲੈਵਲ ਦੀਆਂ ਗੇਮਾਂ ਨੇ 올ੰਪੀਆ ਤੱਕ ਵੀ ਥੋੜੀ ਬਾਡੀ ਫਿਟ ਚਾਹੀਦੀ ਉਹਦੇ ਵਿੱਚ ਤੇ ਜੇ ਹੁਣ ਮੰਨ ਲਓ ਆਪਣੇ ਕੁੜੀਆਂ ਮੁੰਡੇ ਫਿੱਟ ਵੀ ਨੇ ਤਾਂ ਬਹੁਤ سارے ਜਿਹੜੇ ਬ੍ਰਾਂਡਾਂ ਵਾਲੇ ਨੇ ਉਹਨਾਂ ਨਾਲ ਕੰਟੈਕਟ ਕਰਦੇ ਨੇ ਜੇ ਤੁਸੀਂ ਮੰਨ ਲਓ ਆਪਣੀ ਬਾਡੀ ਫਿੱਟ ਰੱਖੀ ਆ ਤੁਸੀਂ ਰੀਲਾਂ ਪਾਉਂਦੇ ਹੋ ਤੁਸੀਂ ਆਪਣੇ ਆਪ ਨੂੰ ਟਾਈਮ ਤਾਂ ਲੱਗਦਾ ਤੁਸੀਂ ਆਪਣੇ ਆਪ ਨੂੰ ਦਿਖਾ ਰਹੇ ਹੋ ਕਿ ਤੁਸੀਂ ਫਿੱਟਾਂ ਤੁਹਾਡੇ ਨਾਲ ਕੰਟੈਂਟ ਕਰਨਗੇ ਕੀ ਤੂੰ ਸਾਡਾ ਕੱਪੜਾ ਵੇਚੋ ਅਸੀਂ ਤੁਹਾਨੂੰ ਪੈਸੇ ਦਵਾਂਗੇ ਜਾਂ ਫਿਰ ਕੁੜੀਆਂ ਦੇ ਵੀ ਹੁਣ ਅੱਜਗਲ ਆਪਣੀਆਂ ਕੁੜੀਆਂ ਦੇ ਵੀ ਕਾਫੀ ਜ਼ਿਆਦਾ ਬਾਡੀਜ਼ ਫਿਟ ਰੱਖੀਆਂ ਨੇ ਮੇਕਅਪ ਵਾਲੇ ਉਹਨਾਂ ਨਾਲ ਕੰਟੈਕਟ ਕਰਦੇ ਨੇ ਡਿਜ਼ਾਈਨਰ ਉਹਨਾਂ ਨਾਲ ਕੰਟੈਕਟ ਕਰਦੇ ਨੇ ਵੀ ਥੋੜੀ ਜੁਆਇਲ ਹੈਨ ਵਧੀਆ ਜਾਂ ਥੋੜੀ ਓਵਰਆਲ ਬਾਡੀ ਦੀ ਫਿਟਨੈਸ ਓਕੇ ਆ ਤੁਸੀਂ ਸਾਡੇ ਮੇਕਅਪ ਦੀ ਐਡ ਕਰੋ ਤੁਸੀਂ ਸਾਡੇ ਕੱਪੜੇ ਦੀ ਐਡ ਕਰੋ ਅੱਗੇ ਆਪਣੇ ਕੋ ਕੰਮ ਬਹੁਤ ਘੱਟ ਸੀਗੇ ਜਿਵੇਂ ਮੁੰਡਿਆਂ ਨੂੰ ਆਪਾਂ ਕਹਿੰਦੇ ਖੇਤੀ ਕਰ ਲੈ ਜਾਂ ਹੋਰ ਬਹੁਤ ਕੰਮ ਨੇ ਜਾਂ ਫਿਰ ਕੁੜੀਆਂ ਨੂੰ ਕਹਿੰਦੇ ਸੀ ਕਿ ਤੁਸੀਂ ਘਰੇ ਕੱਪੜੇ ਵੀ ਸਿਉਣ ਲੱਜੋ ਜਾਂ ਟਿਊਸ਼ਨ ਪੜਾ ਲਓ ਜਾਂ ਹੋਰ ਬਹੁਤ ਮਤਲਬ ਕੰਮ ਸੀ ਮਾੜੇ ਨਹੀਂ ਹੈਗੇ ਪਰ ਹੁਣ ਆਪਣੇ ਕੋ ਫਿਟਨੈਸ ਨੂੰ ਲੈ ਕੇ ਆਪਸ਼ਨ ਬਹੁਤ ਵੱਧ ਗਈ ਆ ਠੀਕ ਆ ਹੁਣ ਪਹਿਲਾਂ ਗੇਮਾਂ ਤੋਂ ਸ਼ੁਰੂ ਕਰਦੇ ਆ ਜਦੋਂ ਕੋਈ ਆਪਣਾ ਬੰਦਾ ਫਿੱਟ ਹੁੰਦਾ ਆਪਣੇ ਪੰਜਾਬੀਆਂ ਦੀ ਮੈਟੈਲਿਟੀ ਇਹ ਆ ਕਿ ਯਾਰ ਉਹਨੂੰ ਕਹਿੰਦੇ ਮਾੜਾ ਹੋ ਗਿਆ ਬਾਈ ਤੂੰ ਤਾਂ ਹਨਾ ਤਕੜਾ ਹੋ ਹੁਣ ਮੈਨੂੰ ਤਕੜੇ ਹੋਣ ਦੀ ਨਹੀਂ ਸਮਝ ਲੱਗੀ ਦੀ ਯਾਰ ਹੁਣ ਮੰਨ ਲਓ ਰোনালਡੋ ਆ ਆਬ ਖੜੇ ਨੇ ਆਪਣੀ ਗੇਮ ਦੇ ਵਿੱਚ ਤਕੜਾ ਹੋ ਮੈਸੀ ਆ ਫੁੱਟਬਾਲ ਪਲੇਅਰ ਨੇ ਨੇਮ ਆ ਰਾ ਸਾਰਿਆਂ ਦੇ ਆਬ ਖੜੇ ਨੇ ਫਿੱਟ ਨੇ ਆਪਣੀ ਗੇਮ ਚ ਫੁੱਲ ਤਕੜੇ ਨੇ ਉਹ ਬਰੂਸ ਲੀ ਆ ਕਿੰਨਾ ਤਕੜਾ ਸੀ ਜਦੋਂ ਥੋੜਾ ਕੋ ਸਟਰੋਂਗ ਹੁੰਦਾ ਤੁਸੀਂ ਤਕੜੇ ਹੁੰਨੇ ਹੋ ਉਸਨ ਬੋਲਟ ਸੀਗਾ 100 ਮੀਟਰ ਭੱਜਦਾ ਜਾਂ ਫਿਰ ਆਪਣੇ ਨੀਰਜ ਵੀ ਮੁੰਡਾ ਜਿੱਤਿਆ ਨੇਜਾ ਸੜਦਾ ਸਾਰੇ ਬੰਤੇ ਇਹ ਫਿੱਟ ਨੇ ਵਿਰਾਟ ਕੁਲੀ ਦੇ ਲੋ ਕਿੰਨਾ ਫਿੱਟ ਆ ਆਪਣੀ ਗੇਮ ਦੇ ਵਿੱਚ ਤਕੜੇ ਨੇ ਇਹ ਹੁਣ ਇਹਨਾਂ ਨੇ ਕਿਸੇ ਨਾਲ ਉਦਾਂ ਤਕੜੇ ਹੋਗੇ ਇਹਨਾਂ ਨੇ ਕੀ ਲੈਣਾ ਇਹਨਾਂ ਨੂੰ ਕਿਹੜਾ ਕਿਸੇ ਨਾਲ ਘੋਲਣਾ ਸਮਝ ਗਏ ਸੋ ਮਤਲਬ ਹੁਣ ਆਪਣੀ ਗੇਮ ਦੇ ਵਿੱਚ ਪਰਫਾਰਮੈਂਸ ਵਧੀ ਤੇ ਜੇ ਹੁਣ ਆਪਾਂ ਕਹਿੰਦੇ ਵਾਰੀ ਮਾੜੇ ਨੇ ਬਾਈ ਮਾੜਾ ਹੈ ਤਾਂ ਨਾ ਜਦੋਂ ਮਰਜੀ ਮੇਰੇ ਨਾਲ ਆ ਜਾ ਹੁਣ ਆਪਣੇ ਨਾਲ ਆ ਕੇ ਇਹਨਾਂ ਨੇ ਕੀ ਲੈਣਾ ਉਹ ਆਪਣੀ ਗੇਮ ਚ ਸਟਾਰ ਨੇ ਸਕੁਐਡ ਦਾ ਮਤਲਬ ਹੈ ਕਿ ਜਿੰਨੀਆਂ ਟਾਪ ਲੈਵਲ ਦੇ ਗੇਮਾਂ ਨੇ ਉਹ ਬੰਦੇ ਲੀਨ ਫੱਟੇ ਨੇ ਈਵਨ ਜੇ ਹੁਣ ਤੁਸੀਂ ਗੱਦਿਆਂ ਤੇ ਵੀ ਜਿਹੜੇ ਪਲਵਾਨ ਕੁਲਦੇ ਨੇ ਰੈਸਲਿੰਗ ਕਰਦੇ ਨੇ ਉਹਨਾਂ ਦੇ ਵੀ ਉਹ ਵੇਟ ਠੀਕ ਰੱਖਦੇ ਨੇ ਤਾਂ ਕਿ ਸਾਡੀ ਸਪੀਡ ਬਣੀ ਰਹੇ ਜਿਵੇਂ ਹੁਣ ਖਬੀਬ ਆ ਖਬੀਬ ਕਿਤੇ ਮਾੜਾ ਕਿੱਡਾ ਤਕੜਾ ਰੈਸਲਰ ਆ ਤੇ ਹੁਣ ਜੇ ਤੁਸੀਂ ਆਪਣਾ ਸਾਈਜ਼ ਵਧਾ ਕੇ ਰੱਖਣਾ ਜਾਂ ਤੁਸੀਂ ਵੇਟ ਵਧਾਉਣਾ ਤਾਂ ਹੋ ਸਕਦਾ ਉਹ ਤੁਹਾਡਾ ਕੋਈ ਪਰਸਨਲ ਗੋਲ ਹੋਵੇ ਜਾਂ ਤੁਹਾਡੀ ਕੋਈ ਗੇਮ ਹੋਵੇ ਪਰ ਜਦੋਂ ਕੋਈ ਬੰਦਾ ਫਿੱਟ ਹੁੰਦਾ ਤਾਂ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਬਾਈ ਤੂੰ ਮਾੜਾ ਹੋ ਗਿਆ ਜਾਂ ਤੂੰ ਮਾੜਾ ਕਿਉਂਕਿ ਇਹ ਮਾੜੀ ਤਕੜੇ ਨਹੀਂ ਅੱਜ ਗੱਲ ਜੇ ਮੈਂ ਤੁਹਾਨੂੰ ਕਹਾਂ ਸਿੱਧੀ ਗੱਲ ਠੀਕ ਹੈ ਸੋ ਆਪਣਾ ਆਪਣਾ ਗੋਲ ਆ ਮੇਰੇ ਹਿਸਾਬ ਨਾਲ ਮੈਂ ਤਾਂ ਤੁਹਾਨੂੰ ਬਸ ਇਹ ਸੁਝਾਅ ਦੇ ਰਿਹਾ ਕਿ ਤੁਸੀਂ ਜੇ ਆਪਣੀਆਂ ਬਾਡੀ ਐ ਫਿੱਟ ਰੱਖਦੇ ਹੋ ਤਾਂ ਹੁਣ ਦੇਖੋ ਤੁਸੀਂ ਫਿਲਮਾਂ ਦੇ ਵਿੱਚ ਵੀ ਜਾਂ ਮੋਡਲਿੰਗ ਦੇ ਵਿੱਚ ਵੀ ਇਹ ਚੀਜ਼ਾਂ ਜ਼ਰੂਰੀ ਨੇ ਫਿਟਨੈਸ ਜਦੋਂ ਤੁਸੀਂ ਫਿੱਟ ਹੁੰਨੇ ਹੋ ਤੁਹਾਡੀ ਫੇਸ ਤੋਂ ਬਲੋਡਰੈਸ ਘਟਦੀ ਆ ਤੁਹਾਡੀ ਜੁਆਇਲ ਲਾਈਨ ਆਉਂਦੀ ਆ ਠੀਕ ਹੈ ਸਰੀਰ ਥੋੜਾ ਸਕਿਨ ਬੈਟਰ ਹੁੰਦੀ ਹੈ ਖਾਣੇ ਪੀਣੇ ਵਧਿਓ ਬਾਹਰੋਂ ਗੰਦਾ ਛੱਡਦੇ ਹੋ ਤੇਲ ਵਾਲੇ ਚੀਜ਼ਾਂ ਛੱਡਦੇ ਹੋ ਸ਼ੂਗਰ ਛੱਡਦੇ ਹੋ ਸਾਰੀ ਥੋੜੀ ਬਾਡੀ ਦੀ ਕੁਆਲਿਟੀ ਵਧਦੀ ਹੈ ਤੇ ਹੁਣ ਮੈਂ ਤੁਹਾਨੂੰ ਇਹੀ ਕਹਿਣਾ ਚਾਹ ਰਿਹਾ ਸੀ ਕਿ ਜੇ ਤੁਸੀਂ ਮੰਨ ਲਓ ਆਪਣੇ ਆਪ ਨੂੰ ਫਿੱਟ ਰੱਖਦੇ ਹੋ ਤਾਂ ਤੁਸੀਂ ਜਿਹੜੀਆਂ ਹੁਣ ਬਹੁਤ ਵਧੀਆ ਗੇਮਾਂ ਵੀ ਨੇ ਜਿਨ੍ਹਾਂ ਦੇ ਵਿੱਚ ਸਪੀਡ ਦੀ ਲੋੜ ਪੈਂਦੀ ਆ ਸਰੀਰ ਫਿੱਟ ਦੀ ਲੋੜ ਪੈਂਦੀ ਆ ਉਹਨਾਂ 'ਚ ਭਾਗ ਲੈ ਸਕਦੇ ਹੋ ਜਿਹੜੀ ਵੀ ਐਡਵਾਂਸ ਲੈਵਲ ਦੀਆਂ ਗੇਮਾਂ ਨੇ ਹੁਣ ਤੁਸੀਂ ਦੇਖ ਲਓ ਵੀ ਜਿੰਨੀਆਂ ਟੌਪ ਦੇ ਗੇਮਾਂ ਨੇ ਮੋਸਟਲੀ ਜ਼ਿਆਦਾ ਬੰਦੇ ਫੱਟੇ ਨੇ ਜਦੋਂ ਤੁਸੀਂ ਦੇ ਲੋ ਤੁਹਾਡੇ ਨਾਲ ਕੋਈ ਬ੍ਰਾਂਡ ਵੀ ਕੰਟੈਕਟ ਕਰਨ ਕਿ ਸਾਡਾ ਕੱਪੜਾ ਪਾਓ ਸਾਡੇ ਪ੍ਰੋਡਕਟ ਲਾਓ ਸਾਡੇ ਪ੍ਰੋਡਕਟ ਵੇਚੋ ਤਾਂ ਪਰ ਇਹਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਜ਼ਰੂਰ ਗੱਲ ਦੱਸ ਦੇਣੀ ਚਾਹਣਾ ਕਿ ਕੱਪੜੇ ਲੀੜੇ ਦਾ ਤਾਂ ਸਰ ਜਾਂਦਾ ਜੇ ਤੁਸੀਂ ਮੰਨ ਲਓ ਕਿਸੇ ਸਕਿਨ ਵਾਲੇ ਪ੍ਰੋਡਕਟ ਦੀ ਜਾਂ ਫਿਰ ਤੁਸੀਂ ਕਿਸੇ ਖਾਣ ਪੀਣ ਵਾਲੇ ਪ੍ਰੋਡਕਟ ਦੀ ਐਡ ਕਰਨੀ ਆ ਤਾਂ ਮੇਕ ਸ਼ੋਰ ਕਿ ਤੁਸੀਂ ਉਦਾਂ ਦੇ ਪ੍ਰੋਡਕਟ ਦੀ ਐਡ ਕਰਨੀ ਆ ਕਿ ਜਿਹੜਾ ਪੂਰਾ ਪਰਫੈਕਟ ਹੋਵੇ ਕਿਉਂਕਿ ਪੈਸੇ ਲਈ ਆਪਾਂ ਕਿਸੇ ਦੀ ਸਿਹਤ ਨਾ ਖੇਲ ਸਕਦੇ ਉਹ ਚੀਜ਼ਾਂ ਬੰਦੇ ਨੇ ਸਕਿਨ ਤੇ ਲਾਉਣੀਆਂ ਨੇ ਉਹ ਚੀਜ਼ਾਂ ਬੰਦੇ ਨੇ ਖਾਣੀਆਂ ਨੇ ਮੈਨੂੰ ਵੀ ਬਹੁਤ ਸਾਰੇ ਇਦਾਂ ਦੇ ਕਈ ਵਾਰ ਆਫਰ ਆ ਜਾਂਦੇ ਨੇ ਕਿ ਸਾਡੇ ਪ੍ਰੋਡਕਟ ਦੀ ਐਡ ਕਰੋ ਪਰ ਮੈਂ ਕਰਦਾ ਨਹੀਂ ਜਿਹੜਾ ਮੈਨੂੰ ਲੱਗੂਗਾ ਕਿ ਹਾਂ ਸਹੀ ਆ ਉਹਦੀ ਮੈਂ ਕਰੂੰਗਾ ਠੀਕ ਹੈ ਕਈ ਵਾਰ ਤੁਸੀਂ ਦੇਖ ਦੇਖਦੇ ਹੋ ਕਿ ਮੇਰੀ ਸਟੋਰੀਆਂ ਮੈਂ ਕਈ ਵਾਰ ਆਰਗੈਨਿਕ ਸਟੋਰਾਂ ਤੇ ਜਾਂਦਾ ਉਹਨਾਂ ਦੀ ਮੈਂ ਐਡਾਂ ਪਾ ਦਿੰਨਾ ਹਾਲਾਂਕਿ ਉਹ ਮੈਨੂੰ ਕੋਈ ਪੈਸਾ ਨਹੀਂ ਦਿੰਦੇ ਮੈਂ ਫ੍ਰੀ ਚ ਕਹਿਣਾ ਨਾ ਇੱਥੋਂ ਫੂਡ ਲਓ ਇੱਥੇ ਆਹ ਚੀਜ਼ ਆਰਗੈਨਿਕ ਮਿਲਦੀ ਆ ਕਿਉਂਕਿ ਜਿਵੇਂ ਮੈਂ ਆਲਵੇਸ ਕਹਿੰਦਾ ਰਹਿੰਦਾ ਨਾ ਕਿ ਵਧੀਆ ਚੀਜ਼ ਦੀ ਤੁਸੀਂ ਫਿਰ ਵੀ ਜਿਹੜੀ ਪ੍ਰੋਮੋਸ਼ਨ ਆ ਫ੍ਰੀ ਚ ਕਰ ਸਕਦੇ ਹੋ ਪਰ ਮਾੜੀ ਚੀਜ਼ ਦੀ ਪ੍ਰੋਮੋਸ਼ਨ ਤੁਸੀਂ ਪੈਸੇ ਲੈ ਕੇ ਵੀ ਨਹੀਂ ਤੁਹਾਨੂੰ ਕਰਨੀ ਚਾਹੀਦੀ ਕਿਉਂਕਿ ਕਰਮਾਂ ਦਾ ਫਲ ਮਿਲਦਾ ਜੇ ਆਪਾਂ ਅੱਜ ਗਲਤ ਚੀਜ਼ ਦੀ ਪ੍ਰੋਮੋਸ਼ਨ ਕਰਾਂਗੇ ਤਾਂ ਉਹ ਪੈਸਾ ਆਪਣੇ ਕਿਸੇ ਮਤਲਬ ਕੰਮ ਦਾ ਨਹੀਂ ਹੈਗਾ ਉਹ ਪੈਸਾ ਆਪਾਂ ਨੂੰ ਖਰਾਬ ਹੀ ਕਰੂਗਾ ਪਰ ਜੇ ਤੁਸੀਂ ਵਧੀਆ ਇਮਾਨਦਾਰੀ ਨਾਲ ਤੁਸੀਂ ਆਪਣੀ ਬੋਡੀ ਫਿਟ ਰੱਖੀ ਹੋਈ ਆ ਤਾਂ ਤੁਸੀਂ ਕੋਈ ਗੇਮ ਕਰਨੀ ਆ ਤੁਸੀਂ ਕਿਸੇ ਬ੍ਰਾਂਡ ਦੀ ਪ੍ਰੋਮੋਸ਼ਨ ਕਰਨੀ ਆ ਤੁਸੀਂ ਕਿਸੇ ਪ੍ਰੋਡਕਟ ਦੀ ਪ੍ਰੋਮੋਸ਼ਨ ਕਰਨੀ ਆ ਤਾਂ ਆਪਣੇ ਕੋਲ ਪੈਸਾ ਬਣਾਉਣ ਦੇ ਬਹੁਤ سارے ਆਪਸ਼ਨ ਨੇ ਹੁਣ ਇਹਦੇ ਵਿੱਚ ਇਹ ਵੀ ਨਹੀਂ ਹੈਗਾ ਕਿ ਯਾਰ ਸਾਡਾ ਤਾਂ ਕੰਮ ਹੋਰ ਆ ਜਾਂ ਫਿਰ ਸਮਝ ਲਓ ਕਿ ਆਪਾਂ ਟੈਕਸੀ ਚਲਾਉਨੇ ਆ ਜਾਂ ਆਪਾਂ ਟਰੱਕਿੰਗ ਦੀ ਜੌਬ ਕਰਦੇ ਆ ਆਪਾਂ ਖੇਤੀ ਕਰਦੇ ਆ ਜਾਂ ਤੁਹਾਡੀ ਕੋਈ ਵੀ ਜੌਬ ਆ ਬਲੇਵਰ ਜੌਬ ਕਰਦੇ ਆ ਤਾਂ ਅਸੀਂ ਇਹ ਕੰਮ ਕਰ ਨਹੀਂ ਸਕਦੇ ਜ਼ਰੂਰੀ ਨਹੀਂ ਕਿ ਇਹ ਐਕਟਰਾਂ ਨਹੀਂ ਮਾਡਲਾਂ ਨਹੀਂ ਜਾਂ ਫਿਰ ਐਥਲੀਟਾਂ ਨਹੀਂ ਕਰਨਾ ਤੁਸੀਂ ਵੀ ਕਰ ਸਕਦੇ ਹੋ ਆ ਚੀਜ਼ ਤੁਸੀਂ ਆਪਣੀ ਬੋਡੀ ਫਿੱਟ ਰੱਖੀ ਐ ਤੁਸੀਂ ਆਪਣਾ ਇਹ ਚੀਜ਼ਾਂ ਦਾ ਸਾਈਡ ਬਿਨਸ ਵੀ ਕਰ ਸਕਦੇ ਹੋ ਜ਼ਰੂਰੀ ਇਹ ਕਿ ਇੱਕ ਚੀਜ਼ ਤੋਂ ਹੀ ਆਪਾਂ ਪੈਸਾ ਕਮਾਉਣਾ ਠੀਕ ਹੈ ਹੁਣ ਜਿਵੇਂ ਇਹ ਬੰਦੇ ਨੇ ਚਾਹੇ ਬਰਾੜ ਤੂਲੀਆ ਗੇਮ ਖੇਡਦਾ ਚਾਹੇ ਆਪਣੇ ਐਕਟਰਸ ਨੇ ਜਾਂ ਕੋਈ ਵੀ ਆ ਜ਼ਰੂਰੀ ਹੀ ਨੇ ਕਿ ਇਹ ਆਪਣੇ ਕੰਮ ਤੋਂ ਹੀ ਪੈਸੇ ਕਮਾਉਂਦੇ ਨੇ ਉਸ ਤੋਂ ਵੱਧ ਪੈਸੇ ਇਹ ਐਡਾਂ ਦੇ ਕਮਾਉਂਦੇ ਨੇ ਜਿਵੇਂ ਤੁਸੀਂ ਬਰਾਡ ਕੋਲ ਦੇ ਸ਼ਰੀਰ ਦੇਖ ਲਓ ਗੇਮ ਖੇਡਦਾ ਉਹ ਗੇਮ ਦੇ ਵਿੱਚ ਤਾਂ ਸ਼ਰੀਰ ਫਿੱਟ ਰੱਖਿਆ ਆ ਪਰ ਬਾਹਰੋਂ ਵੀ ਐਡਾਂ ਦੇ ਪੈਸੇ ਬਹੁ ਮਿਲਦੇ ਨੇ ਬੋਡੀ ਫਿੱਟ ਰੱਖੀ ਹੋਈ ਆ ਫੇਸ ਫਿੱਟ ਰੱਖਿਆ ਹੋਇਆ ਚਾਹੇ ਹੁਣ ਸਕਿਨ ਦੇ ਪ੍ਰੋਡਕਟ ਨੇ ਫੇਸ ਵਾਸ਼ਾਂ ਦੀ ਮਸ਼ੂਰੀ ਕਰਦਾ ਠੀਕ ਆ ਕੱਪੜੇ ਲੀਡ ਦੀ ਮਸ਼ੂਰੀ ਕਰਦਾ ਸੋ ਆਹ ਚੀਜ਼ਾਂ ਨਾਲ ਐਕਸਟਰਾ ਉਹ ਮਨੀ ਆਪਣੀ ਕਮਾ ਰਹੇ ਨੇ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਜਿਹੜੀ ਆਪਣੀ ਪੰਜਾਬੀਆਂ ਦੀ ਇਹ ਕਈ ਵਾਰ ਸੋਚ ਹੋ ਸੋ ਹੁਣ ਹਰ ਇੱਕ ਬੰਦਾ ਆਪਣੀ ਗੇਮ ਤੇ ਤਕੜਾ ਹੀ ਹੁੰਦਾ ਪਰ ਜੇ ਕਿਸੇ ਦਾ ਗੋਲ ਆ ਤਾਂ ਉਹਨੂੰ ਆਪਾਂ ਕਈ ਵਾਰ ਡੀਮੋਟੀਵੇਟ ਵੀ ਕਰ ਦਿੰਨੇ ਆ ਉਦਾਂ ਹੀ ਕਮੈਂਟ ਕਰਕੇ ਕਿ ਬਾਈ ਤਕੜਾ ਹੋ ਹਨਾ ਵੀ ਅਗਲੇ ਨੇ ਤਕੜਾ ਹੋਗੇ ਕੀ ਲੈਣਾ ਅਗਲਾ ਆਪਣੀ ਗੇਮ ਤੋਂ ਵਿੱਚੋਂ ਕੀਪਦਾ ਕਿੰਨੇ ਕੇ ਪੈਸੇ ਕਮਾਰੇ ਹੋਗਾ ਜਾਂ ਉਹ ਚੀਜ਼ ਨੇ ਉਹਨੂੰ ਕਿੰਨਾ ਕੁ ਅੱਗੇ ਜਾ ਕੇ ਦੇਣਾ ਜੇ ਆਪਣਾ ਗੋਲ ਆ ਆਪਾਂ ਕੋਈ ਗੇਮ ਕਰ ਰਹੇ ਆ ਜਿਹਦੇ ਵਿੱਚ ਤਕੜਾ ਹੋਣਾ ਚਾਹੀਦਾ ਆਪਾਂ ਨੂੰ ਤਾਂ ਠੀਕ ਆ ਉਹ ਆਪਣਾ ਆਪਦਾ opinion ਤੁਹਾਨੂੰ ਕੋਈ ਆ ਕੇ ਕਹਿ ਨਹੀਂ ਸਕਦਾ ਕਿ ਤੁਸੀਂ ਤਕੜੇ ਹੋ ਮਾੜੇ ਹੋ ਬੋ ਜਾਂ ਕੁਝ ਵੀ ਮਾੜਾ ਤਕੜਾ ਕੁਝ ਨਹੀਂ ਹੁੰਦਾ ਹਰ ਇੱਕ ਗੇਮ ਦਾ ਆਪਦਾ ਆਪਦਾ ਲੈਵਲ ਹੁੰਦਾ ਇਹ ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਜਿਹੜੀਆਂ ਟੌਪ ਲੈਵਲ ਦੀਆਂ ਗੇਮਾਂ ਨੇ ਉਹਨਾਂ ਦੇ ਵਿੱਚ ਫਿੱਟ ਫਿਰੀ ਦੇ ਚਾਲਦੇ ਨੇ ਅੱਜਕੱਲ ਉਹਨਾਂ 'ਚ ਸਪੀਡ ਹੀ ਦੇਖੀ ਜਾਂਦੀ ਆ ਆਪਣੀ ਗੇਮ 'ਚ ਕੋਈ ਮਾੜਾ ਨਹੀਂ ਹੁੰਦਾ ਤੇ ਬਾਕੀ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਮੈਂਸ਼ਨ ਕਰੀਆਂ ਨੇ ਕਿ ਥੋੜੀ ਫਿੱਟ ਬਾਡੀ ਉਹਨਾਂ ਤੋਂ ਪੈਸੇ ਕਮਾ ਸਕਦੀ ਆ ਜਾਂ ਫਿਰ ਤੁਹਾਨੂੰ ਨੌਲਜ ਆ ਥੋੜੀ ਬਾਡੀ ਫਿੱਟ ਆ ਤੁਹਾਨੂੰ ਨੌਲਜ ਇਹ ਚੀਜ਼ ਹੀ ਹੈਗੀ ਤੁਸੀਂ ਪਰਸਨਲ ਟ੍ਰੇਨਿੰਗ ਸ਼ੁਰੂ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਟ੍ਰੇਨਿੰਗ ਕਰ ਸਕਦੇ ਹੋ ਜਾਂ ਹੋਰ ਜਿਹੜੇ ਮੈਂ ਤੁਹਾਨੂੰ ਕੰਮ ਕਿਹਾ ਸੀਗਾ ਕਿ ਬਹੁਤ ਸਾਰੇ ਤੁਸੀਂ ਹੋਰ ਵੀ ਇਹਦੇ ਵਿੱਚ ਕੱਪੜੇ ਲੀੜੇ ਦੀ ਜਾਂ ਪ੍ਰੋਡਕਟਾਂ ਦੀ ਪ੍ਰੋਮੋਸ਼ਨ ਕਰਕੇ ਇਹਦੇ ਚ ਪੈਸਾ ਕਮਾ ਸਕਦੇ ਹੋ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਉਂਕਿ ਆਪਾਂ ਜੇ ਜ਼ੋਰ ਮਾਰ ਰਹੇ ਆ ਆਪਣੀ ਬੋਡੀ ਫਿਟਾਂ ਤਾਂ ਇਹਦੇ ਤੋਂ ਆਪਾਂ ਪੈਸਾ ਵੀ ਕਮਾ ਸਕਦੇ ਆ ਠੀਕ ਆ ਸੋ ਇਹੀ ਗੱਲ ਮੈਂ ਤੁਹਾਡੇ ਨਾਲ ਇਹ ਵੀਡੀਓ ਚ ਸ਼ੇਅਰ ਕਰਨੀ ਸੀ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵਨ ਚ ਜੈ ਹਰੀ ਮਡੇਰ ਵਾਈਗ ਨੂੰ ਮੇਰ ਕਰੇ ਲਵ ਯੂ